ਪਟਿਆਲਾ ਦੇ ਨਾਭਾ ਰੋਡ ਤੇ ਇੱਕ ਡਾਈਵਰ ਕਾਰ ਦਾ ਭਾਖੜਾ ਨਹਿਰ 'ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਇੱਕ ਵਿਅਕਤੀ ਵੱਲੋਂ ਆਪਣੇ ਪੂਰੇ ਪਰਿਵਾਰ ਸਮੇਤ ਡਾਈਵਰ ਕਾਰ ਭਾਖੜਾ ਨਹਿਰ 'ਚ ਸੁੱਟ ਦਿੱਤੀ ਗਈ। ਜਾਣਕਾਰੀ ਮੁਤਾਬਕ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਵਿਅਕਤੀ ਕੌਣ ਸੀ ਅਤੇ ਕਾਰ ਨੂੰ ਭਾਖੜਾ ਨਹਿਰ 'ਚ ਸੁੱਟਣ ਦਾ ਕੀ ਕਾਰਨ ਸੀ। ਪਰ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਕਿ ਕਾਰ 'ਚ ਇੱਕ ਵਿਅਕਤੀ, ਉਸਦੀ ਪਤਨੀ ਤੇ ਉਸਦੇ ਦੋ ਬੱਚੇ ਬੈਠੇ ਸਨ। ਕਾਰ ਡਰਾਈਵਰ ਤੇਜ਼ੀ ਨਾਲ ਆਇਆ ਅਤੇ ਉਸਨੇ ਪੂਰੇ ਪਰਿਵਾਰ ਸਮੇਤ ਕਾਰ ਨੂੰ ਭਾਖੜਾ ਨਹਿਰ 'ਚ ਉਤਾਰ ਦਿੱਤਾ। ਮੌਕੇ ਤੇ ਪਹੁੰਚੇ ਗੋਤਾਖੋਰਾਂ ਵੱਲੋਂ ਵਿਅਕਤੀ ਅਤੇ ਬੱਚੀ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਬਾਕੀ ਦੋ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਇੰਡੈਵਰ ਕਾਰ ਅਸੀਂ ਤੇ ਆਪਣੇ ਟੈਂਟ ਕੋਲ ਖੜੇ ਸੀਗੇ, ਬਹੁਤ ਹੀ ਤੇਜ਼ ਜਿਹੜੀ ਆਈ ਹੈ ਉਹ ਭਾਖੜਾ ਨਹਿਰ 'ਚ ਸਿੱਧੀ ਜੰਪ ਕਰ ਗਈ ਅਤੇ ਜਿਹਦੇ ਵਿੱਚ ਦੋ ਬੱਚੇ ਸੀਗੇ ਅਤੇ ਇੱਕ ਡਰਾਈਵਰ ਜਿਹੜਾ ਜਿਹਦੀ ਕਾਰ ਸੀ ਉਹ ਚਲਾ ਰਹੇ ਸੀ ਅਤੇ ਮੀਆਂ ਵੀ ਟੋਟਲ 4 ਵਿਅਕਤੀ ਸੀਗੇ ਅਤੇ ਜਿਹਦੇ ਵਿੱਚੋਂ ਹੁਣ ਅਸੀਂ ਇੱਕ ਕੁੜੀ ਦੀ ਲਾਸ਼ ਕੱਢੀ ਹੈ ਜੋ DIV ਸਕੂਲ 'ਚ ਪੜ੍ਹਦੀ ਹੈ, ਜਿਹਦਾ ਨਾਮ ਕੋਈ ਲੀਜ਼ਾ ਹੈ ਅਤੇ ਤਕਰੀਬਨ ਦੂਜੀ ਕਲਾਸ 'ਚ ਪੜ੍ਹਦੀ ਹੈ ਅਤੇ ਉਹਦੇ ਫਾਦਰ ਦੀ ਵੀ ਡੈਡ ਬੋਡੀ ਕੱਢੀ ਜਿਹਦਾ ਨਾਮ ਪਰਮਵੀਰ ਸਿੰਘ ਹੈ। ਅਤੇ ਦੋ ਹੋਰ ਨੇ ਉਹਨਾਂ ਦੀ ਡੈਡ ਬੋਡੀ, ਦੋ ਹੋਰ ਨੇ ਇੱਕ ਬੱਚੀ ਦੀ ਅਤੇ ਇੱਕ ਲੇਡੀਜ਼ ਦੀ ਅਤੇ ਉਸ ਤੋਂ ਬਾਕੀ ਸਰਚ ਕਰ ਰਹੇ ਪੂਰੇ ਪੰਜਾਬ ਦੀ ਟੀਮ ਇੱਥੇ ਗੋਤਾਖੋਰ ਦੀ ਪਹੁੰਚੀ। ਕਾਰਨ ਦਾ ਪਤਾ ਲੱਗਿਆ ਹੋਇਆ? ਕਾਰਨ ਦਾ ਹਾਲੇ ਕੋਈ ਕਲੀਅਰ ਨਹੀਂ ਹੋਇਆ ਗਾ, ਪੁਲਿਸ ਪਾਰਟੀ ਪਹੁੰਚ ਗਈ ਬਾਕੀ ਅਤੇ ਪ੍ਰਸ਼ਾਸਨ ਦੇ ਪੂਰੇ ਆਪਣਾ SDM ਸਾਹਿਬ ਤਹਿਸੀਲਦਾਰ ਸਾਹਿਬ ਪਹੁੰਚ ਗਏ। ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਟਿਆਲਾ ਤੋਂ ਕਮਲ ਦੂਆ ਦੇ ਨਾਲ ਅਨਿਲ ਠਾਕੁਰ ਦੀ ਰਿਪੋਰਟ, D5 ਚੈਨਲ ਪੰਜਾਬੀ।